90 ਸਾਲਾਂ ਦੀ ਉਮਰ ਵਿੱਚ ਸਿੱਖ ਡਾਕਟਰ ਰਜਿੰਦਰ ਸਿੰਘ ਦਾ ਮਿਸ਼ਨ ਸਾਡੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਗੁਲਾਮ ਬਣਨ ਤੋਂ ਰੋਕਣਾ ਹੈ। ਭਾਰਤੀ ਫੌਜ ਵਿੱਚ 30 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਫੌਜੀ ਜਵਾਨਾਂ ਦੀ ਮਾਨਸਿਕ ਸਿਹਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਡਾਕਟਰ ਸਿੰਘ ਨੇ ਸਰਹੱਦੀ ਰਾਜ ਪੰਜਾਬ ਅਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਯਾਤਰਾ ਨੂੰ ਮੁੜ ਨਿਰਦੇਸ਼ ਕੀਤਾ ਹੈ। 90 ਸਾਲ ਦੀ ਉਮਰ ਵਿੱਚ ਹੀ ਆਪਣੇ ਮਰੀਜ਼ਾਂ ਪ੍ਰਤੀ ਉਹਨਾਂ ਦੀ ਵਚਨਬੱਧਤਾ ਅਟਲ ਹੈ, ਕਿਉਂਕਿ ਉਹ ਹਰੇਕ ਦੀ ਫਾਈਲ ਬਣਾਉਂਦੇ ਹਨ, ਉਹਨਾਂ ਦਾ ਮੈਡੀਕਲ ਹਿਸਟਰੀ ਖੁਦ ਵੇਖਦੇ ਹਨ ਅਤੇ ਇਲਾਜ ਆਪ ਕਰਦੇ ਹਨ। ਕਰਨਲ ਸੇਵਾਮੁਕਤ ਡਾਕਟਰ ਰਜਿੰਦਰ ਸਿੰਘ, ਜੋ ਕਿ ਪੇਸ਼ੇ ਤੋਂ ਮਨੋਵਿਗਿਆਨੀ ਹਨ, 50 ਸਾਲ ਤੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਆਪਣੀ ਲੜਾਈ ਵਿੱਚ ਨਿਰੰਤਰ ਯਤਨਸ਼ੀਲ ਹਨ। ਡਾਕਟਰ ਸਿੰਘ ਨੇ ਸਰਹੱਦੀ ਰਾਜ ਪੰਜਾਬ ਅਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਨਸ਼ਿਆਂ ਦੀ ਲੱਤ ਦਾ ਮੁਕਾਬਲਾ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕੀਤਾ ਹੈ। ਉਹ ਕਹਿੰਦੇ ਹਨ, ਅਸੀਂ ਕਲਗੀ ਦਾ ਟਰੱਸਟ ਦੁਆਰਾ ਚਲਾਏ ਜਾ ਰਹੇ ਚੈਰੀਟੇਬਲ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਪੰਜਾਬ ਵਿੱਚ 15,000 ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕਰ ਚੁੱਕੇ ਹਾਂ ਅਤੇ 30 ਬਿਸਤਰੀਆਂ ਦਾ ਹਸਪਤਾਲ ਹੈ ਜੋ ਨਿਰੰਤਰ ਜਾਰੀ ਹੈ। ਦੂਜਾ ਸੈਂਟਰ ਹੁਣ ਬਾੜੂ ਸਾਹਿਬ ਵਿੱਚ ਹੈ ਅਤੇ ਇਹ ਇੱਕ 30 ਬਿਸਤਰੀਆਂ ਦਾ ਹਸਪਤਾਲ ਹੈ ਜਿਸ ਵਿੱਚ ਖੇਤਰ ਭਰ ਦੇ ਮਰੀਜ਼ ਆਉਂਦੇ ਹਨ। ਉਹਨਾਂ ਦੀ ਕਿਤਾਬ ਜਿਮ ਆਫ ਵਿਜ਼ਡਮ 30 ਅਪ੍ਰੈਲ ਨੂੰ ਵਿਸ਼ਵ ਪੁਸਤਕ ਦਿਵਸ 'ਤੇ ਲਾਂਚ ਕੀਤੀ ਗਈ ਸੀ। ਉਹ ਸਹਿਜ ਦਰਸ਼ਨ ਅਤੇ ਧਰਮ ਦੁਆਰਾ ਉਹਨਾਂ ਦੇ 9 ਦਹਾਕਿਆਂ ਦੇ ਸਫ਼ਰ 'ਤੇ ਆਧਾਰਿਤ ਹੈ। ਮਾਨਸਿਕ ਸਿਹਤ ਵੱਲ ਹਮੇਸ਼ਾ ਝੁਕਾਅ ਰੱਖਣ ਵਾਲੇ ਡਾਕਟਰ ਸਿੰਘ MBBS ਤੋਂ ਬਾਅਦ ਮਨੋਵਿਗਿਆਨ ਵਿੱਚ ਮੁਹਾਰਤ ਹਾਸਲ ਕਰਨਾ ਚਾਹੁੰਦੇ ਸਨ, ਪਰ ਉਸ ਸਮੇਂ ਕਿਸੇ MD ਦੀ ਪੇਸ਼ਕਸ਼ ਨਾ ਹੋਣ ਕਾਰਨ ਉਹ ਡਾਕਟਰ ਵਿਦਾਸਾਗਰ ਇੰਸਟੀਟਿਊਟ ਆਫ ਮੈਂਟਲ ਵਿੱਚ ਸ਼ਾਮਲ ਹੋ ਗਏ। ਫੌਜ ਵਿੱਚ ਸ਼ਾਮਲ ਹੋਣ ਪਿੱਛੋਂ ਆਰਮਡ ਫੋਰਸਿਸ ਦੇ ਸੀਨੀਅਰ ਸਲਾਹਕਾਰ ਵਜੋਂ ਸੇਵਾ ਮੁਕਤ ਹੋਏ ਡਾਕਟਰ ਸਿੰਘ ਕਹਿੰਦੇ ਹਨ, ਫੌਜ ਵਿੱਚ ਇੱਕ ਵੱਖਰੀ ਕਿਸਮ ਦਾ ਤਣਾਅ ਹੈ ਅਤੇ ਇੱਥੇ ਵੱਖ ਵੱਖ ਮਾਨਸਿਕ ਮੁੱਦਿਆਂ ਨੂੰ ਹੱਲ ਕੀਤਾ ਅਤੇ ਇਸ ਨੇ ਮੈਨੂੰ ਅਜਿਹੇ ਵੱਖੋ ਵੱਖਰੇ ਦ੍ਰਿਸ਼ਟੀਕੋਣ ਦਿੱਤੇ ਜੋ ਹੁਣ ਮੈਨੂੰ ਫਾਇਦੇਮੰਦ ਸਾਬਿਤ ਹੋ ਰਹੇ ਹਨ। ਨਸ਼ਾ ਛੁਡਾਊ ਸੈਂਟਰ ਵਧੀਆ ਡਾਕਟਰੀ ਇਲਾਜ ਤੋਂ ਇਲਾਵਾ ਯੋਗਾ, ਖੇਡਾਂ, ਸਲਾਹ ਦੇ ਨਾਲ ਨਾਲ ਅਧਿਆਤਮਕ ਸਲਾਹ ਦੀ ਪੇਸ਼ਕਸ਼ ਕਰਦੇ ਹਨ। ਡਾਕਟਰ ਸਿੰਘ ਦੇ ਅਨੁਸਾਰ ਉਹਨਾਂ ਦੇ ਇਲਾਜ ਦੀ ਸਫਲਤਾ ਦਰ 60-70% ਹੈ। ਉਹ ਦੱਸਦੇ ਹਨ ਕਿ ਔਰਤਾਂ ਲਈ ਇੱਕ ਵੱਖਰੀ ਮਨੋਰੋਗ ਅਤੇ ਨਸ਼ਾ ਛੁਡਾਓ ਯੂਨਿਟ ਹੈ, ਕਿਉਂਕਿ ਅਸੀਂ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਦੇ ਹਾਂ। ਅਸੀਂ ਜੋ ਸਕਾਰਾਤਮਕ ਬਦਲਾਅ ਵੇਖਿਆ ਹੈ ਉਹ ਇਹ ਹੈ ਕਿ ਔਰਤਾਂ ਨਸ਼ੇ ਦੇ ਆਪਣੇ ਮੁੱਦਿਆਂ ਨੂੰ ਹੱਲ ਕਰਨ ਲਈ ਅੱਗੇ ਆ ਰਹੀਆਂ ਹਨ, ਚਾਹੇ ਉਹ ਸ਼ਰਾਬ ਹੋਵੇ ਜਾਂ ਬਹੁ ਨਸ਼ੇ ਦੀ ਵਰਤੋਂ। ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਨਸ਼ਾ ਬਹੁਤ ਜ਼ਿਆਦਾ ਕਲੰਕਿਤ ਹੈ, ਖਾਸ ਕਰਕੇ ਜਦੋਂ ਇਹ ਔਰਤਾਂ ਦੀ ਗੱਲ ਆਉਂਦੀ ਹੈ। ਉਹ ਕਹਿੰਦੇ ਹਨ ਕਿ ਮੈਂ ਇੱਕ ਨਾਰੀਵਾਦੀ ਹਾਂ, ਇਸ ਲਈ ਮੈਂ ਔਰਤਾਂ ਤੱਕ ਪਹੁੰਚਣਾ ਅਤੇ ਮਦਦ ਕਰਨਾ ਚਾਹੁੰਦਾ ਹਾਂ। ਡਾਕਟਰ ਸਿੰਘ ਕਹਿੰਦੇ ਹਨ ਕਿ ਉਸਦਾ ਕੰਮ ਨੌਜਵਾਨਾਂ ਨੂੰ ਬਚਾਉਣਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ, ਇਸ ਲਈ ਕਿ ਉਹ ਨਸ਼ੇ ਨਾ ਕਰਨ। ਉਹ ਅੱਗੇ ਕਹਿੰਦੇ ਹਨ ਕਿ ਇਸ ਲਈ ਸਮਾਜਿਕ, ਪਰਿਵਾਰਕ, ਭਾਵਨਾਤਮਕ ਸਹਾਇਤਾ ਦੀ ਲੋੜ ਹੈ। ਉਹ ਕਹਿੰਦੇ ਹਨ, ਅਸੀਂ ਆਪਣੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਗੁਲਾਮ ਨਹੀਂ ਬਣ ਦੇ ਸਕਦੇ ਅਤੇ ਮੇਰਾ ਮਿਸ਼ਨ ਕੰਮ ਕਰਦੇ ਰਹਿਣਾ ਹੈ, ਉਹਨਾਂ ਦੀ ਨਵੀਂ ਜ਼ਿੰਦਗੀ ਬਣਾਉਣ ਵਿੱਚ ਮਦਦ ਕਰਦਾ ਹੈ। ਵਾਕਈ ਇਹ ਜਜ਼ਬਾ ਬਾਕਮਾਲ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।